So
ਬਾਬਾ ਨਾਨਕ ਕਾਸਦ ਨੂੰ ਪੈਗਾਮ ਦੇਣਾ ਕਿ ਮੇਰੇ ਮਹਿਬੂਬ ਦਾ ਪੈਗਾਮ ਲੈ ਜਾ ਤਾਂ ਉਸਨੂੰ ਕਿਹੜੀ ਗੱਲ ਜਾ ਕੇ ਦੱਸ ਜਿਸ ਵਕਤ ਕਾਸਦ ਇਹ ਪੈਗਾਮ ਦਿੱਤਾ ਤੇ ਮਹਿਬੂਬ ਕਿਹੜੀ ਗੱਲ ਆਣਾ ਲਿਖਿਆ ਬੜੀ ਖੂਬਸੂਰਤ ਗੱਲ ਮੋਹਤਰਮ ਨੇ ਲਿਖੀ ਦੋਸਤਾਂ ਦੀ ਨਜ਼ਰ ਕਸਾਂ ਸਰਦਾਰ ਫਰਮਾਣੇ ਨਾਲੀ ਮੇਰੇ ਦੋਸਤ ਜਨਾਬ ਚੌਧਰੀ ਰਾਜਾ ਤੌਸੀਫ ਸਾਹਿਬ ਅਲ ਮੁਕੀਮ ਅਬੂ ਜ਼ੈਬੀ ਬਿਲਖਸੂਸ ਇਹਨਾਂ ਨੇ ਜਾਦੇ ਮੁਤਾਬਕ ਇੱਕ ਸ਼ੇਰ
ਰੂਪ ਨਾਲ ਮੁਹੱਬਤ ਹੈ। ਇੱਕ ਲੰਮਾ ਨਾ ਹੋਵੇ ਬਸ ਹਲ ਜੇਕਰ ਅੱਗ ਜਿਹੀ ਕਲੇਜੇ ਵਿੱਚ ਲੱਗ ਜਾਂਦੀ, ਲੋਕੀ ਕਹਿੰਦੇ ਦੀਵਾਨੇ ਨੂੰ ਕਿਹਾ ਹੋਇਆ ਐਸੇ ਹੋਸ਼ ਆਵਾਸ ਵਾਲਾ ਹੀ ਫਿਰਨਾ। ਲੇਕਿਨ ਸਰਕਾਰ ਨੇ ਬੜੀ ਮੈਂ ਨਿਖੇਧ ਗੱਲ ਆਖਰ ਤੇ ਕਿਹੜੀ ਜਿਹੜੇ ਮਾਛੀਆ ਤੋਂ ਆਏ ਉਹਨਾਂ ਨੇ ਚੰਦ ਔਰ ਚੌਧਰੀ ਵਜਾਦ ਫਜ਼ਲ ਗੁਰਸੀਆ ਨਾਲ ਤਲਕ, ਚੌਧਰੀ ਅਵੈਦ, ਚੌਧਰੀ ਅਕੀਲ, ਚੌਧਰੀ ਫਰਕ ਛੋਕਰੇ ਨਾਲ ਤਲਕ, ਚੌਧਰੀ ਦਿਨਾਲ ਗੁਰਸੀਆ ਨਾਲ ਤਲਕ, ਚੌਧਰੀ ਆਤਫ, ਚੌਧਰੀ ਤਬਸਮ, ਚੌਧਰੀ ਅਬੂ ਬੱਕਰ ਮੱਛਾ ਔਰ ਚੌਧਰੀ ਅਸਾਮ ਕਰਿਆਲਾ ਗੁਜਰਾਂ ਨਾਲ ਤਲਕ, ਚੌਧਰੀ ਮੁਹੰਮਦ ਅਸਲਮ ਸਰਕਾਰ ਨਾਲ ਤਲਕ, ਚੌਧਰੀ ਬਲਾਲ ਬਲਾਲ ਕਰਿਆਲਾ ਨਾਲ ਤਲਕ, ਚੌਧਰੀ ਅੰਜਮ, ਚੌਧਰੀ ਦਿਨਾਨ, ਚੌਧਰੀ ਸੋਹੇਲ, ਚੌਧਰੀ ਫਜ਼ਾਲ ਔਰ ਚੌਧਰੀ ਉਸਮਾਨ ਗੁਰਸੀ ਨਾਲ ਤਲਕ। ਇਹਨਾਂ ਦੋਸਤਾਂ ਦੀ ਸ਼ਾਹ ਤਸ਼ੀਰ